हाँ जी दोस्तों, सत श्री अकाल जी सारिआं नूं। अज मैं ते मेरी वाइफ असीं गुड़ लैण चले आ जी, ते सानूं किसे ने कहा वी कुराली रोड ते जाके असीं गुड़ लै के आ सकदे। सो आपां दिखाउने जी गुड़ दा माहौल किदां दा सिस्टम उत्थे, किवें किन्ने रेट च आपां चीज़ मिलूगी। सो मिलदे आ जी आपां गुड़ वाले वेलवे। अज ना अं गुड़ लैन आए हैं जी, अपने जगह लगे लगा ही कुराली रोड से वेलना गुड़ का। मैं तो मेरी वाइफ हूँ, गुड़ बड़ा सुखा दें मेरा, क्या वो चेक कर दें आप। कढ़ाई ਦੇ ਵਿੱਚ ਮਤਲਬ ਗੁੜ ਹੈ ਨਾ ਬਣਦੇ ਪਏ। ਤੇ ਤੁਹਾਡੀ ਕਿੰਨੀ ਕੁ ਪੁਰਾਣਾ ਇੱਥੇ ਕੰਮ ਲੱਗਾ ਵੇਲਣਾ? ਤਰੀ 4 ਸਾਲ ਹੋ ਗਏ। 4 ਸਾਲ ਹੋ ਗਏ ਤੇ ਗਰੰਟੀ ਵਾਲਾ ਗੁੜ ਦਿੰਦੇ ਆ ਨਾ ਵੇਲੋ। ਮੈਂ ਮੇਰੀ ਵੀਡੀਓ ਵੇਖ ਕੇ ਚੰਡੀਗੜ੍ਹ ਤੋਂ ਲੋਕਾਂ ਨੇ ਆਇਆ ਹੁੰਦਾ ਇੱਥੇ ਲੈਣ। ਹੈ ਨਾ ਚਾਹ ਚ ਬਣਦੇ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਨਹੀਂ ਚਾਹ ਬਣ ਗਈ ਬਸ ਅਦੀ ਹੈ ਨਾ। ਚਾਹ ਵਧੀਆ ਬਣ ਗਈ। ਛੁੱਟੂ ਕਿ ਨਹੀਂ? ਨਹੀਂ ਨਹੀਂ ਛੁੱਟੂ ਨਹੀਂ ਕਰਾ ਦਿੰਦੇ ਜੇ ਚਾਹ ਫੁੱਟ ਵੀ ਗਈ। ਹਾਂ ਹਾਂ ਦੁੱਗਣੇ ਪੈਸੇ ਲੈ ਜਿਓ ਗੁੜ ਛੱਡ ਕੇ। ਅੱਛਾ ਅੱਛਾ ਲਓ ਜੀ, ਇਹ ਭਾਈ ਸਾਹਿਬ ਕਹਿੰਦੇ ਵੀ ਜੇ ਚਾਹ ਫੁੱਟ ਜੇ ਦੁੱਗਣੇ ਪੈਸੇ ਲੈ ਜਿਓ ਸਾਡੇ ਕੋਲੋਂ ਆ ਕੇ ਹੈ ਨਾ ਜੀ। ਸੋ ਗੁੜ ਇਹਨਾਂ ਦਾ ਬਹੁਤ ਵਧੀਆ। लो जी तुम डेमो चेक करावे घर जाके, मैं मेरी वाइफ तो अभी दोवें जने मतलब कि तुम चाह डेमो देवे कि चाह वाकई फुटती कि नहीं फुटती, ताकि तुम यकीन हो सके है ना। सानू भी यकीन हो जाए भी गल सही की गलत की है। ਕਿੰਨਾ ਜੀ ਗੁੜ ਕਿੰਨੇ ਰੁਪਏ ਕਿਲੋ ਮਿਲਿਆ? 60 ਰੁਪਏ ਗੁੜ ਤੇ 60 70 ਰੁਪਏ ਦੇ। ਹਾਂ ਮੈਂ ਕਿਹਾ ਤੁਸੀਂ ਨਹੀਂ ਜਾਣੇ ਉਹ ਤੇ 30 ਰੁਪਏ ਦੇ। ਅੱਛਾ 60 ਰੁਪਏ ਕਿਲੋ ਸਾਨੂੰ ਮਿਲਦੇ 60 ਜਾਂ 50। ਠੀਕ ਹੈ ਠੀਕ ਹੈ, 60 ਰੁਪਏ ਕਿਲੋ ਗੁੜ ਮਿਲਿਆ ਨਾ, ਸ਼ੱਕਰ ਵੀ ਮਿਲੀ। ਹਾਂ ਸ਼ੱਕਰ ਵੀ ਠੀਕ ਹੈ। ਗੁੜ ਖਰੀਦਣ ਆਉਂਦਾ ਵੀ ਆਪਣੇ ਮਜ਼ਾ ਆ ਜੀ ਵੱਖਰਾ, ਲੋਹੜੀ ਤੇ ਆਏ ਆਏ ਆਉਂਦਾ ਮੌਕਾ ਮਿਲਦਾ ਗੁੜ ਤੇ। ਐਕਚੁਅਲੀ ਜਿਹੜੀ ਖਾਂਦੇ ਉਹ ਸਿਹਤ ਲਈ ਵਹਿ ਨਹੀਂ ਵਧੀਆ, ਤੇ ਗੁੜ ਬੜਾ ਵਧੀਆ ਸਿਹਤ ਲਈ ਹੈ ਨਾ। ਤੇ ਗੁੜ ਖਾਣਾ ਚਾਹੀਦਾ ਵੱਧ ਤੋਂ ਵੱਧ, ਜੋ ਸਾਨੂੰ ਸਾਡੇ ਵੱਡੇ ਵੱਡੇ ਜਿਹਨਾਂ ਨੇ ਸਮਝਾਇਆ। ਸਾਡੇ ਦਾਦੇ ਬਾਬੇ ਵੀ ਗੁੜੀ ਖਾਂਦੇ ਰਹੇ ਆ, ਮੇਰੇ ਫਾਦਰ ਸਾਹਿਬ ਅਤੇ ਮੇਰੇ ਦਾਦਾ ਜੀ ਹੋਣੀ ਉਹ ਤਾਂ ਖੁਦ ਗੁੜ ਕੱਢਦੇ ਰਹੇ ਘਰ, ਅਸੀਂ ਆਪਣਾ ਪੈਰੀ ਜਾ ਬੀਜ ਕੇ ਹੈ ਨਾ, ਤਾਂ ਮਤਲਬ ਗੰਨਾ ਬੀਜਿਆ ਅਤੇ ਫਿਰ ਉਹਨੂੰ ਮਤਲਬ ਕਿ ਉਹਦਾ ਗੁੜ ਬਣਾਉਣਾ, ਉਹਦੀ ਪੱਤ ਲਾਉਣੀ। ਅਤੇ ਮੈਨੂੰ ਯਾਦ ਆ ਮੈਂ ਬੜੇ ਜਰਾਬਾ ਤਾਂ ਕੀ ਹੈ ਜਿਹੜੀ ਜਿਹਦੇ ਪੱਤ ਲੈਂਦੀ ਹੈ। ਸੋ ਇਟਸ ਵੈਰੀ ਮਤਲਬ ਬੜਾ ਇੰਟਰਸਟਿੰਗ ਕੰਮ ਸੀ, ਬੜਾ ਯਾਦ ਆ ਗਈ ਪੁਰਾਣੀ ਮੈਨੂੰ। ਅੱਜ ਵੀ ਮੈਨੂੰ ਫਿਰ ਯਾਦ ਆਇਆ ਉਹ ਖੁਸ਼ਬੂ, ਉਹ ਗੁੜ ਦੀ ਜਿਹੜੀ ਖੁਸ਼ਬੂ ਆ ਇੱਥੇ ਗੰਨੇ ਦੀ, ਉਹ ਮੈਨੂੰ ਇਕਦਮ ਆਪਣੀ ਪੁਰਾਣੀ ਯਾਦ ਆਉਂਦੀ। ਸੋਗਰਾ ਮਿਲਿਆ ਹੈ, ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ, ਤੁਹਾਨੂੰ ਵੀ ਕੁਛ ਆਪਣੀਆਂ ਪੁਰਾਣੀਆਂ ਯਾਦਾਂ ਆਈਆਂ ਹੋਣਗੀਆਂ। ਥੈਂਕ ਯੂ ਸੋ ਮੱਚ ਜੀ, ਬਾਈ ਬਾਈ, ਟੇਕ ਕੇਅਰ।